करा रहे हैं। दो तीन दिन तो जो कार्ड बिल्कुल बंद कर दिए गए हैं, ये बहुत बड़ी मुश्किल हो गई है। हम असि गरीब बंदे हैं, किस तरह अपना इलाज करा सकते हैं। पहला आयुष्मान कार्ड तो फ्री होता है इलाज? पहला आयुष्मान कार्ड तो सारा फ्री इलाज होता है, हम नहीं हो रहा है। इस करके कृपा करके सरकार ये पिछली पेमेंट हस्पताल की जाए ताकि जो सा इलाज हो सके। की कहते हस्पताल क्यों नहीं कहते हो गल कर कुछ दसा नहीं हो रहा नहीं जी पहला का होंगे इलाज करके प्रॉब्लम आई है इस करके पहला हम इलाज नहीं हो रहा है। ठीक है तो इसके जो सरकार से बेनती करते हैं कि सा प्रॉब्लम जी सोल्व की जाए तो जो पिछले बैलेंस है वो पूरे किए जा क्यों इलाज क्यों नहीं हो रहा हूँ की कहते डॉक्टर? ये डॉक्टर कहें मगरली जी पेमेंट आई है सरकार वालों वो पूरी नहीं हो रही, मतलब आ नहीं रही है तो इस करके साथ इलाज नहीं हो रहा। ਕਿੰਨੇ ਦਿਨ ਤੋਂ ਨਹੀਂ ਹੋ ਰਿਹਾ ਹੁਣ? ਹਾਂਜੀ ਕਿੰਨੇ ਦਿਨ ਤੋਂ ਨਹੀਂ ਹੋ ਰਿਹਾ? ਤਿੰਨ ਚਾਰ ਦਿਨ ਤੋਂ ਹੋ ਗਏ ਸਾਨੂੰ। ਮੋਗਾ ਜੀ ਆਲਮੋਸਟ ਜਿੰਨੇ ਵੀ ਪ੍ਰਾਈਵੇਟ ਹੋਸਪਿਟਲ ਤੁਹਾਨੂੰ ਦਿਖ ਰਹੇ ਆ ਸਭ ਕੋਲ ਆਯੁਸ਼ਮਾਨ ਦੀ ਫੈਸਿਲਿਟੀ ਅਵੇਲੇਬਲ ਸੀਗੀ। ਜਿੰਨੇ ਵੀ ਬੜੇ ਹੋਸਪਿਟਲ ਤੁਹਾਨੂੰ ਨਜ਼ਰ ਆ ਰਹੇ ਸਭ ਕੋਲ ਆਯੁਸ਼ਮਾਨ ਸੀਗਾ, 25 ਹੋਸਪਿਟਲ ਸਭ ਕੋਲ ਆਯੁਸ਼ਮਾਨ ਦੀ ਫੈਸਿਲਿਟੀ ਸੀਗੀ। ਆਯੁਸ਼ਮਾਨ ਸਕੀਮ ਗਰੀਬਾਂ ਲਈ ਬਹੁਤ ਵਧੀਆ ਸਕੀਮ ਸੀਗੀ, ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਆਪਣਾ ਕਾਰਡ ਦਿਖਾ ਕੇ ਆਪਣੇ ਮਨਪਸੰਦ ਦੇ ਹੋਸਪਿਟਲ 'ਚ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਸੀਗਾ। ਪਰ ਕੁਛ ਪੋਲਿਸੀਜ ਏਰੀਆ ਹੋਣ ਕਰਕੇ ਜੋ ਵੀ ਫਾਈਨੈਂਸ਼ੀਅਲ ਇਕਨੋਮਿਕ ਸਟੇਟਸ ਜਿਵੇਂ ਆਪਣਾ ਚੱਲਦਾ ਪਿਆ ਉਹਦੇ ਅਕੋਰਡਿੰਗਲੀ ਹੁਣ ਪਿਛਲੇ 6 ਮਹੀਨੇ ਤੋਂ ਕੋਈ ਪੈਸਾ ਟ੍ਰਾਂਸਫਰ ਨਹੀਂ ਹੋ ਰਿਹਾ ਹੋਸਪਿਟਲ 'ਚ। ਪੈਸਾ ਨਾ ਟ੍ਰਾਂਸਫਰ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਹੋਸਪਿਟਲਸ ਕੋਲ ਡਾਇਲਿਸਿਸ ਦੀ ਫੈਸਿਲਿਟੀ ਸੀਗੀ, ਜਿਵੇਂ ਅਸੀਂ ਲੋਕਾਂ ਨੇ ਹੋਸਪਿਟਲ 'ਚ 15-15 ਡਾਇਲਿਸਿਸ ਰੋਜ਼ ਦੇ ਅਸੀਂ ਫ੍ਰੀ ਡਾਇਲਿਸਿਸ ਕੀਤੇ ਆ, ਫ੍ਰੀ ਇਨ ਦਾ ਸੈਂਸ ਐਂਟਰੀ ਕਰੀ ਦੀ ਸੀਗੀ ਆਯੁਸ਼ਮਾਨ 'ਚ ਐਂਟਰੀ ਹੁੰਦੀ ਸੀਗੀ, ਪਰ ਉਹਦੀ ਸਾਨੂੰ ਪਿਛਲੇ 5-6 ਮਹੀਨਿਆਂ ਤੋਂ ਕੋਈ ਪੇਮੈਂਟ ਨਹੀਂ ਆਈ ਹੈ ਡਾਇਲਿਸਿਸ ਦੀ। ਅਲਟੀਮੇਟਲੀ ਕੱਲ੍ਹ ਸਾਰੀ ਪੰਜਾਬ IMA ਨੇ ਸਟੈਪ ਚੁੱਕੇ, ਸਾਨੂੰ ਇਨਫੋਰਮ ਕੀਤਾ ਗਿਆ ਅਤੇ ਅਸੀਂ ਉਹਦਾ ਸਭ ਪਾਰਟ ਸੀਗੇ ਕਿ ਹੁਣ ਡਾਇਲਿਸਿਸ ਵੀ ਨਾ ਕਰੋ ਤਾਂ ਕਿ ਸਰਕਾਰ 'ਤੇ ਪ੍ਰੈਸ਼ਰ ਪਈਏ ਅਤੇ ਸਾਡੇ ਜਿਹੜੇ ਬਕਾਇਦਾ ਪੈਸੇ ਹੈਗੇ ਸਾਨੂੰ ਉਹ ਦਿੱਤੇ ਜਾਣ ਅਤੇ ਅੱਗੇ ਵੀ ਅਸੀਂ ਆਯੁਸ਼ਮਾਨ ਸਕੀਮ ਨੂੰ ਕੰਟੀਨਿਊ ਕਰਨਾ ਹੈ ਨਹੀਂ ਕਰਨਾ, ਸਾਨੂੰ ਉਹਦੀ ਸਾਨੂੰ ਸਾਰਾ ਰੂਟ ਪਲੈਨ ਦਿੱਤਾ ਜਾਵੇ ਤਾਂ ਹੀ ਅਸੀਂ ਅੱਗੇ ਕੁਛ ਕਰ ਸਕਾਂਗੇ। ਕਿੰਨੇ ਕੁ ਪੇਸ਼ੈਂਟ ਸਫਰ ਹੋਣਗੇ ਜਿਹਦੇ ਨਾਲ? ਸਰ ਆਯੁਸ਼ਮਾਨ ਦੀ ਫੈਸਿਲਿਟੀ ਨਾ ਹੋਣ ਕਰਕੇ ਜਿਹੜਾ BPL ਵਰਗ ਹੈਗਾ ਜਿਹੜਾ ਬਹੁਤ ਹੀ ਲੋਅ ਤਬਕਾ ਹੈਗਾ ਬਹੁਤ ਜ਼ਿਆਦਾ ਸਫਰ ਹੋਊਗਾ ਸਰ, ਕਿਉਂਕਿ ਡਾਇਲਿਸਿਸ ਦੀ KG ਫੈਸਿਲਿਟੀ ਹੈ। ਅਗਰ ਪੇਸ਼ੈਂਟ ਦਾ ਹਫ਼ਤੇ 'ਚ 2 ਜਾਂ 3 ਡਾਇਲਿਸਿਸ, ਘੱਟੋ ਘੱਟ 10 ਘੰਟੇ ਅਗਰ ਡਾਇਲਿਸਿਸ ਉਹਦਾ ਨਹੀਂ ਹੁੰਦਾ ਹਫ਼ਤੇ 'ਚ ਤਾਂ ਪੇਸ਼ੈਂਟ ਨੇ ਅਗਲੇ ਦਿਨ ਹੀ ਸਿੱਕ ਹੋ ਜਾਣਾ ਹੈ ਅਤੇ ਉਹਦੇ ਬਚਣ ਦੇ ਚਾਂਸਿਸ ਉਨੇ ਘੱਟ ਹੋ ਜਾਣਗੇ। ਜਿਹੜੇ ਪੇਸ਼ੈਂਟਸ ਆਯੁਸ਼ਮਾਨ ਦੇ ਡਾਇਲਿਸਿਸ ਹੁਣ ਕਰਵਾ ਰਹੇ ਸੀਗੇ, ਮੈਂ ਆਪਣੇ ਐਕਸਪੀਰੀਅੰਸ ਨਾਲ ਦੱਸ ਰਿਹਾ, ਪਿਛਲੇ 1.5 ਸਾਲ ਤੋਂ ਉਹਨਾਂ ਪੇਸ਼ੈਂਟਸ ਨੂੰ ਸਾਨੂੰ ਐਡਮਿਟ ਨਹੀਂ ਕਰਨਾ ਪਿਆ ਬਿਕੋਜ਼ ਫ੍ਰੀ ਸੀਗਾ ਡਾਇਲਿਸਿਸ, ਆਉਂਦੇ ਸੀ ਆਪਣਾ ਟਾਈਮ 'ਤੇ ਡਾਇਲਿਸਿਸ ਕਰਵਾਉਂਦੇ ਸੀਗੇ, ਉਹਨਾਂ ਦਾ ਹੋਰ ਕੋਈ ਖਰਚਾ ਨਹੀਂ ਹੁੰਦਾ ਸੀ, ਕੋਈ ਹੋਸਪਿਟਲਾਈਜੇਸ਼ਨ ਦੀ ਲੋੜ ਨਹੀਂ ਸੀਗੀ। ਹੁਣ ਉਹ ਪੇਸ਼ੈਂਟ ਜਿਹੜੇ ਵਿਚਾਰੇ ਡਾਇਲਿਸਿਸ ਨਹੀਂ ਕਰਾਏਗੇ ਆਪਣੇ ਮੋਗੇ ਡਿਸਟ੍ਰਿਕਟ 'ਚ ਹੀ ਇੱਥੇ ਨਾ ਕਰਦੇ ਹੁਣ ਸਾਡੇ ਕੋਲ ਨਾ ਕਰਦੇ ਹੁਣ ਸਾਡੇ ਕੋਲ 50-60 ਮਸ਼ੀਨਾਂ ਡਾਇਲਿਸਿਸ ਦੀਆਂ ਲੱਗੀਆਂ ਹੋਈਆਂ ਮੋਗਾ ਡਿਸਟ੍ਰਿਕਟ 'ਚ ਹੀ। ਹੁਣ ਹਰ ਮਸ਼ੀਨ 'ਤੇ ਔਨ ਐਂਡ ਐਵਰੇਜ 3-4 ਪੇਸ਼ੈਂਟਸ ਡਾਇਲਿਸਿਸ ਕਰਵਾਉਂਦੇ ਹੈ। ਹੁਣ ਤੁਸੀਂ ਉਹਨੂੰ ਮਲਟੀਪਲਾਈ ਕਰਕੇ ਦੇਖ ਲਓ ਕਿੰਨੇ ਪੇਸ਼ੈਂਟਸ ਸਫਰ ਹੋਣਗੇ। ਜਿਹੜੇ ਹੋਸਪਿਟਲਸ 'ਚ ਫ੍ਰੀ ਇਲਾਜ ਕਰਾ ਪਾ ਰਹੇ ਸੀਗੇ, ਕੋਈ ਬੁਖਾਰ ਦਾ ਟ੍ਰੀਟਮੈਂਟ ਹੈ, ਕੋਈ ਨਿਮੋਨੀਆ ਦਾ ਟ੍ਰੀਟਮੈਂਟ ਹੈ, ਪਹਿਲਾਂ ਗੋਡਿਆਂ ਦੇ ਓਪਰੇਸ਼ਨ ਪਹਿਲਾਂ ਹੀ ਇਹਨਾਂ ਨੇ ਬੰਦ ਕਰਤੇ ਸੀਗੇ, ਪਿੱਤੇ ਅਪੈਂਡਿਕਸ ਦਾ, ਪਿੱਤੇ ਦਾ, ਉਹ ਸਾਰੇ ਇਹਨਾਂ ਨੇ ਪ੍ਰਾਈਵੇਟ 'ਚੋਂ ਲੈ ਕੇ ਕੁਛ ਸਰਕਾਰੀ 'ਚ ਦਿੱਤੇ ਹੈਗੇ ਆ ਅਤੇ ਕੁਛ ਇਹਨਾਂ ਨੇ ਬੰਦ ਕਰਤੇ ਨੇ। ਬਹੁਤ ਲੋਕ ਸਫਰ ਹੋਏਗੇ, ਮੇਰੇ ਹਿਸਾਬ ਨਾਲ ਘੱਟੋ ਘੱਟ 60% ਆਬਾਦੀ ਇਸ ਨਾਲ ਸਫਰ ਹੋਊਗੀ। ਕਿਹੜੀ ਕਿਹੜੀ ਫੈਸਿਲਿਟੀ ਮਿਲ ਰਹੀ ਸੀ ਜੀ ਹੁਣ ਇਸ ਟਾਈਮ ਦੇ ਉੱਤੇ ਪੇਸ਼ੈਂਟ ਨੂੰ? ਆਯੁਸ਼ਮਾਨ ਚ ਸਭ ਤੋਂ ਅੱਛੀ ਫੈਸਿਲਿਟੀ ਤਾਂ ਡਾਇਲਿਸਿਸ ਦੀ ਫੈਸਿਲਿਟੀ ਸੀਗੀ ਪੇਸ਼ੈਂਟ ਨੂੰ, ਰੂਟੀਨ ਵਾਲੇ ਫੀਵਰਸ ਦੀ ਫੈਸਿਲਿਟੀ ਸੀਗੀ, ਮਾੜੀ ਮੋਟੀ ਨਮੋਨੀਆ ਦੀ ਫੈਸਿਲਿਟੀ ਸੀਗੀ, ਓਪਰੇਟਸ ਦੇ ਜਿਹੜੇ ਜ਼ਿਆਦਾ ਬੜੇ ਓਪਰੇਟਸ ਹੁੰਦੇ ਆ, ਮਲਟੀਪਲ ਔਰਗਨ ਡੈਮੇਜ ਵਾਲੇ ਓਪਰੇਟਸ ਹੁੰਦੇ ਆ, ਉਹਦੀ ਫੈਸਿਲਿਟੀ ਸੀਗੀ। ਰੂਟੀਨ ਵਾਲੇ ਤਾਂ ਜਿਹੜੇ ਗੋਲ ਬਲੈਡਰ ਅਪੈਂਡਿਕਸ ਸੀਗੇ, ਹਰਨੀਆਂ, ਉਹ ਤਾਂ ਸਭ ਇਹਨਾਂ ਨੇ ਫਿਕਸ ਕਰਕੇ ਸਿਵਲ ਹੋਸਪਿਟਲ 'ਚ ਹੀ ਕਰਦੇ ਸੀਗੇ। ਐਕਸੀਡੈਂਟਲ ਪੇਸ਼ੈਂਟਸ ਹੈਗੇ ਆ ਉਹ ਇੱਕਦਮ ਪ੍ਰਾਈਵੇਟ ਹੋਸਪਿਟਲ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਦੇ ਸੀ ਆਰਥੋਪੈਡਿਕਸ ਦਾ। ਟਰੋਮਾ ਪੇਸ਼ੈਂਟ, ਨੀਰੋ ਪੇਸ਼ੈਂਟ, ਕਾਰਡੀਅਕ ਪੇਸ਼ੈਂਟਸ ਜਿਹੜੇ ਹੈਗੇ ਆ, ਯੂਰੋਲੋਜੀ ਦੇ ਪੇਸ਼ੈਂਟਸ ਹੈਗੇ ਆ, ਸਟੋਨਸ ਦੇ, ਕੋਈ ਪ੍ਰੋਸਟੇਟ ਕੈਂਸਰਸ ਦੇ, ਪ੍ਰੋਸਟੇਟ ਦੇ ਆਪਰੇਸ਼ਨ ਦੇ, ਉਹ ਬਹੁਤ ਸਾਰੇ ਏਜੀਆਂ ਫੈਸਿਲਿਟੀ ਸੀਗੀਆਂ ਜਿਹੜੀਆਂ ਪ੍ਰਾਈਵੇਟ ਹੋਸਪਿਟਲ 'ਚ ਅਵੇਲੇਬਲ ਸੀਗੀਆਂ ਅਤੇ ਪੇਸ਼ੈਂਟ ਆਪਣਾ ਜਾ ਕੇ ਫ੍ਰੀ ਆਫ ਕੋਸਟ ਟ੍ਰੀਟਮੈਂਟ ਕਰਵਾ ਸਕਦਾ।